ਸਤਿਕਾਰ ਵੀਰੇ, ਕੀ ਹਾਲ ਨੇ? ਠੀਕ ਠਾਕ? ਹਾਂਜੀ ਠੀਕ ਹੈ ਬਾਈ, ਠੀਕ ਹੈ ਬਾਈ, ਸਤਿਕਾਰ ਵੀਰੇ, ਹੋਰ ਠੀਕ ਹੈ ਬਾਈ? ਟਿਕਟ ਖਿੜਕੀ ਲੁਧਿਆਣਾ ਬਰਦੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਆਏ ਜੀ ਬਰਦੋਵਾਲ ਸਟੇਸ਼ਨ ਤੇ। ਇਹ ਨਵਾਂ ਪਾਲ ਰਿਹਾ ਹੁਣ? ਸੀ ਅੱਛਾ, ਆਧੁਨਿਕ ਬਣ ਗਿਆ ਪੂਰਾ ਹੈ ਜੀ। ਦਿਮਾਗੀ ਵੀ ਠੀਕ ਨੀ ਗੀ, ਸਰੀਰਕ ਤੌਰ ਤੇ ਵੀ ਠੀਕ ਨੀ। ਇਹਦੇ ਕੋਲੇ ਕੋਈ ਆਈਡੀ ਪਰੂਫ ਨੀ, ਕੋਈ ਆਧਾਰ ਕਾਰਡ, ਕੁਛ ਨੀ ਹੈਗਾ। ਤੇ ਸਾਨੂੰ ਇੱਥੋਂ ਫੋਨ ਆਇਆ ਸੀ ਵੀਰਾਂ ਦਾ ਵੀ ਇੱਥੇ ਹੁਣ ਰਾਤ ਦੇ 10 ਵੱਜ ਕੇ ਚੱਲਿਆ ਜੀ, ਵੀ ਇਹ ਭੈਣ ਨੂੰ ਵਿਚਾਰੀ ਨੂੰ ਆਪਣਾ ਐਡਰੈਸ ਵੀ ਨੀ ਪੂਰੀ ਤਰ੍ਹਾਂ ਦੱਸ ਪਾ ਰਹੀ। ਭੈਣੇ ਸਤਿ ਸ੍ਰੀ ਅਕਾਲ। ਭੈਣੇ ਅੱਗੇ ਆਏ ਤੁਸੀਂ ਵੀ, ਹਰਜੀਤ ਭੈਣੇ ਕਰੋ ਗੱਲ, ਤੁਸੀਂ ਦਲਵੀਰ ਭੈਣੇ ਦੇਖੋ ਭੂਆ। ਆ ਫੜ ਲਿਓ ਹੱਥ ਚ ਆਪਣੇ, ਆ ਲਗਾ ਲਓ। ਭੈਣੇ ਖੜੀ ਹੋ, ਚੱਲੀਏ ਆਪਾਂ ਘਰੇ, ਟਿਕਟ ਲੈਣੀ ਆ। ਕੀ ਨਾਮ ਆ ਤੇਰਾ ਭੈਣੇ? ਲੁਧਿਆਣੇ ਦੀ ਟਿਕਟ ਲੈਣੀ। ਲੁਧਿਆਣੇ ਦੀ ਟਿਕਟ ਲੈਣੀ ਆ ਤੂੰ? ਤੇਰਾ ਕੀ ਨਾਮ ਆ? ਲੁਧਿਆਣੇ ਫੇਰ ਅੱਗੇ ਜਾਣਾ। ਕਿੱਥੇ ਜਾਣਾ ਅੱਗੇ? ਅੰਮ੍ਰਿਤਸਰ। ਅੰਮ੍ਰਿਤਸਰ ਕਿੱਥੇ ਜਾਣਾ? ਅੰਮ੍ਰਿਤਸਰ ਕਿੱਥੇ? ਅਜਨਾਲੇ ਲੱਗੇ। ਕਿਹੜਾ ਪਿੰਡ ਆ ਪੁੱਤ? ਗਮਟਾਲੇ ਜਾਣਾ ਤੂੰ? ਲੈ ਤੂੰ ਗਮਟਾਲੇ ਦੀ ਆ, ਲੈ ਮੈਂ ਛਿਆਟੇ ਦਾ। ਨਹੀਂ ਨਹੀਂ ਮੈਂ ਗਮਟਾਲੇ। ਤੂੰ ਗਮਟਾਲੇ ਦੀ ਆ? ਇਹ ਮਾਤਾ ਆ ਭੈਣ ਆ ਮੇਰੀ, ਇਹ ਵੀ ਉੱਥੇ ਰਹਿੰਦੀ ਆ ਛਿਆਟੇ ਹੀ। ਤੂੰ ਘੁਮਟਾਲਿਆ ਨੇੜੇ ਹੀ ਆ, ਅਸੀਂ ਛੱਡ ਆਵਾਂਗੇ ਤੈਨੂੰ। ਤੂੰ ਰੱਖ ਲਓ ਆਪਦੇ ਹੱਥ ਚ ਰੱਖ ਲਓ। ਅੱਛਾ ਤੇ ਭੈਣੇ ਤੂੰ ਫਿਰ, ਤੇਰਾ ਨਾਮ ਕੀ ਹੈ ਵੈਸੇ? ਸ਼ਿਕਸ਼ਾ। ਸ਼ਿਕਸ਼ਾ ਭੈਣੇ, ਤੇਰੇ ਘਰੇ ਕੌਣ ਕੌਣ ਆ? ਮੇਰੇ ਡੈਡੀ। ਅੱਛਾ ਕੀ ਨਾਂ ਡੈਡੀ ਦਾ? ਸ਼ਹੀਦੀ ਟੈਂਪੂ ਵਾਲਾ। ਸ਼ਹੀਦੀ ਟੈਂਪੂ ਵਾਲਾ ਟੈਂਪੂ ਚਲਾਉਂਦਾ ਡੈਡੀ ਤੇਰਾ? ਤੂੰ ਟੈਂਪੂ ਵਾਲੇ ਦੀ ਕੁੜੀ ਆ? ਤੇ ਤੇਰੀ ਭੈਣ ਦਾ ਨਾਂ ਕੀ? ਵੱਡੀ ਦਾ ਪੁਖਰਾਜ। ਕਿੰਨੇ ਭੈਣ ਭਰਾ ਵਾ ਤੁਸੀਂ? ਚਾਰ ਭੈਣਾਂ ਦੋ ਭਰਾ। ਦੋ ਭਰਾ? ਭਰਾ ਵੱਡੇ ਤੇ ਤੂੰ ਕਿ ਛੋਟੇ? ਵਿਆਹੇ ਹੋਏ ਆ? ਨਹੀਂ ਵਿਆਹੇ। ਤੇਰਾ ਵਿਆਹ ਹੋਇਆ ਹੋਇਆ? ਮੇਰਾ ਨਹੀਂ ਵਿਆਹ ਹੋਇਆ, ਮਤਲਬ ਇਸ ਤਰ੍ਹਾਂ ਹੀ ਰਹਿ ਲਿਆ, ਮੁੰਡੇ ਨੇ ਨਹੀਂ ਰੱਖਿਆ। ਕਾਹ ਤੋਂ ਨਹੀਂ ਰੱਖਿਆ ਉਹਨੇ? ਜੋ ਇੰਨੀ ਸਿਆਣੀ ਹੈ ਸਾਡੀ ਭੈਣ, ਹੈਂ? ਉਹਦੇ ਮਾੜੇ ਕਰਮ ਹੋਣਗੇ ਫਿਰ ਨਾ, ਜਿਹਨੇ ਰੱਖਿਆ ਨਹੀਂ ਮੇਰੀ ਭੈਣ ਨੂੰ। ਕਿੱਥੇ ਵਿਆਹੀ ਸੀ ਤੂੰ? ਇਸ ਤਰ੍ਹਾਂ ਦਾ ਹੀ ਘਰ ਘਰੇ ਜਾਂਦੀ ਆ ਤੂੰ ਹੁਣ? ਉਹਦੇ ਹੋਰ ਵੀ ਰਿਲੇਸ਼ਨ। ਅੱਛਾ ਹੋਰ ਵੀ ਰਿਲੇਸ਼ਨ ਸੀਗੇ ਉਹਦੇ? ਤੇ ਤੈਨੂੰ ਮਾਰਦਾ ਵੀ ਸੀਗਾ ਉਹ? ਹੈਂ? ਤੈਨੂੰ ਮਾਰਦਾ ਸੀਗਾ? ਫਿਰ ਤੈਨੂੰ ਛੱਡ ਕਾਹਤੋਂ ਦਿੱਤਾ? ਉਹਦਾ ਕੀ ਨਾਂ ਸੀ? ਨਾਮ ਕੀ ਸੀ ਉਹਦਾ? ਉਹਦਾ ਕੀ ਨਾਂ? ਪਾਰਲਰ ਚ ਕੁੜੀਆਂ ਲੜ ਪਈ? ਤੂੰ ਪਾਰਲਰ ਦਾ ਕੰਮ ਸਿੱਖੀ ਹੈ? ਅੱਛਾ ਕਿਹੜੇ ਪਾਰਲਰ ਚ ਕੰਮ ਕਰਦੀ ਸੀ ਤੂੰ? ਅੰਮ੍ਰਿਤਸਰ ਕਰਦੀ ਸੀ ਮੇਰੀ ਭੈਣ। ਲੈ ਨੀ ਭੈਣੇ ਤੂੰ ਤਾਂ ਸਾਰੇ ਕੰਮ ਸਿੱਖੀ, ਤੇਰੇ ਤਾਂ ਹੁਨਰ ਹੈ ਤੇਰੇ ਹੱਥ ਚ ਹੈ ਨਾ, ਤੂੰ ਤਿਆਰ ਕਰ ਲੈਂਦੀ ਹੈ ਸਾਰੀਆਂ ਕੁੜੀਆਂ ਨੂੰ, ਜਿਵੇਂ ਵਿਆਹ ਵੂਹ ਤੇ ਕੁੜੀਆਂ ਨੂੰ ਤਿਆਰ ਕਰਦੇ ਆ। ਅੱਛਾ ਤੈਨੂੰ ਪਾਰਲਰ ਖੜਾ ਲਈਏ, ਤੇਰਾ ਆਪਦਾ ਛੋਟਾ ਜਿਹਾ ਪਾਰਲਰ ਖੋਲ ਦਈਏ, ਫਿਰ ਤੂੰ ਕੰਮ ਕਰ ਲੈਂਗੀ, ਤੈਨੂੰ ਸਾਰੀ ਕਿੱਟ ਲੈ ਦਈਏ। ਹਾਂ ਜਾਂ ਗਮਟਾਲੇ ਖੋਲ ਲਈ। ਹਾਂ ਗਮਟਾਲੇ ਖੋਲ ਲਈ, ਇੱਥੇ ਨੀ ਗਮਟਾਲੇ ਕਰ ਲਈ ਕੰਮ, ਤੈਨੂੰ ਸਮਾਨ ਲੈ ਦਾਂਗੇ ਅਸੀਂ। ਰਹੇਂਗੀ ਕਿੱਥੇ ਤੂੰ ਹੁਣ? ਹਾਂ ਗਮਟਾਲੇ ਕਿਹਦੇ ਕੋਲ ਰਹੇਂਗੀ ਜਾ ਕੇ? ਡੈਡੀ ਕੋਲੇ? ਡੈਡੀ ਰੱਖ ਲੈਣਗੇ? ਗੁੱਸੇ ਤਾਂ ਨਹੀਂ ਹੋਣਗੇ? ਡੈਡੀ ਦਾ ਨੰਬਰ ਕਿੰਨਾ ਪੁੱਤ? ਲੈ ਦੇ ਤਾਂ ਆਪਾਂ ਡੈਡੀ ਨਾਲ ਗੱਲ ਕਰ ਲੈ, ਦੇ ਨੰਬਰ, ਭੈਣ ਦਾ ਨੰਬਰ ਦੇ ਆਪਦੀ ਦਾ। ਭੈਣ ਦਾ ਨੰਬਰ ਇੱਕੋ ਹੀ ਨੰਬਰ ਆ? ਤੇ ਕਿਸੇ ਦਾ ਨੰਬਰ ਹੈ ਨੀ? ਉਹ ਮੁੰਡੇ ਦਾ ਨੰਬਰ ਹੈਗਾ ਤੇਰੇ ਕੋਲੇ? ਫੇਸਬੁੱਕ ਤੇ? ਫੇਸਬੁੱਕ ਤੇ ਕੀ ਨਾਲ ਖੋਲ ਕੇ ਫੇਸਬੁੱਕ ਤੇ ਸਰਚ ਕਰ ਕੇ? ਹਾਂ ਘਰੇ ਚਲੇ ਜਾਈ, ਆ ਫੇਸਬੁੱਕ ਤੇ ਨਾਮ ਭਰ ਗਈ ਆ।
ਚੱਲ ਤੂੰ ਮੈਨੂੰ ਨਾਮ ਦੱਸ ਕੀ ਆ ਉਹਦਾ ਮੁੰਡੇ ਦਾ ਕੀ ਨਾਂ ਤੇਰਾ ਕੀ ਨਾਂ ਫੇਸਬੁੱਕ ਤੇ ਮਾਸੀ ਮੇਰੀ ਮਾਸੀ ਹੈ ਤੇਰੀ ਕਰ ਸਰਚ ਸਾਡੇ ਖੁੱਲੇ ਹੋਏ ਥੱਲੇ ਕੀ ਪੈਡ ਹਾਂ ਲੁਧਿਆਣੇ ਵਾਲੀ ਟ੍ਰੇਨ ਤੇ ਜਾਣਾ ਨਹੀਂ ਪੁੱਤ ਲੁਧਿਆਣੇ ਵਾਲੀ ਨਹੀਂ ਇਹ ਤਾਂ ਹੋਰ टिकट मैं ना पुत टिकट टिकट वाले टिकट वाले तो पुछ कितने चली इतने आज टिकट वाले तो पुछ ना पुत ठंड लगती है मुंडे ने पता कहना दुबारे फिर इतने मुंडे आ गए सतनाम फड़ो उस तो बाद फिर मैं कहना तेरे भरा वा भरा तेरे आरिया दीदिया आंटी आई आंटी आए ने तेरे को तेन अभी आप घरे पहुंचते करा पुत रात कली सफर करेगी ट्रेन च तेन कोई गलत बोल गया फिर साड़ी तू भैन तू साड़ी भैन नी आ टिकट वाले तो पुछ ला पहला आ टिकट वाले तो पुछ ला अंदर आ टिकट वाले तो पुछ ला पुत टिकट वाले तो वीरे ट्रेन लुधियाने तो नहीं चली लुधियाने नहीं चली देखो कई बार सानू इस तरह के हालातों का सामना करना पैंदा बिच आके भी सानू इस तरह के हालात देखने पैंदे आ करने पैंदे आ भी जिहड़ी नौजवान भैन आ वो जाना चाहती है हम असं इतों ट्रेन चढ़ाता जे जां इह ट्रेन चढ़ जाती है इन्हें लुधियाने स्टेशन पर जाके उतर जूगी इत्थे तां हुण असीं आ गए हाँ इहनूं घर तिकर पहुँचा सकते हैं कोशिश करके सवेर नूं इहदा एड्रैस लभ के पता नहीं किन्ने दिनां दी इह भैन अपने घर तों अलग होई हो अज तो पांच क दिन पहला असी सिमरनजीत भैन नू फिरोजपुर रोड के उत्तों सोना ग्रैंड को रात को करीब 11 बजे 10:30-11 बजे वह भी सड़क तो मिली सी भैन दिमागी ठीक नहीं सी भैन उदा ही यह भैन की हालत आ नौजवान कुड़ी आ साडा समाज किदां दा साडे अज हालात किदां दे आ बहुत सारे लोग इदा दरिंदे घूमते ने जिदा निर्भया दे नाल होया सी इस तरह दीआं धीआं दे नाल बेचारियां दे नाल उन्हां दरिंदियां दा कोई विहार बड़ा चंगा नहीं हुंदा जिद्दां इन्हां वीरां ने फर्ज निभाया इस कुड़ी नूं देख के साडे नाल संपर्क कीता इहनूं बिठा के रख्या इत्थे इहनूं रोटी पानी खवाया तुसीं वी जो सारे अपना फर्ज निभाओ बहुत सारिया धियां दी इज्जतां नूं बचाया जा सकता है हुण असीं कोशिश करांगे किसी भी तरीके बड़िया के प्यार ना समझा के साडे नाल हरजीत भैन जी ते माता दलवीर कौर जी भूआ जी आए ने उन्हां नूं पता किदां हैंडल करना किदां समझाउणा किदां बड़ियाउणा तुसीं भी वीडियो नूं शेयर करो नाल दी नाल ही ਤਾਂ ਜੋ ਇਸ ਭੈਣ ਦਾ ਘਰ ਲੱਭ ਜੇ ਇਸ ਭੈਣ ਦੇ ਬਾਰੇ 'ਚ ਆਪਾਂ ਨੂੰ ਕੁਛ ਪਤਾ ਲੱਗ ਸਕੇ ਉਧਰ ਤੋਂ ਹੀ ਟ੍ਰੇਨ ਵੀ ਤੁਰੰਤ ਹੀ ਆ ਗਈ ਖੜੇ ਖੜੇ
चंगा भाई सत श्री अकाल। आया भेने भेने तेरा पिंड का नाम की दस्या भाई दसदा तेरे पिंड नूं जानदे आ गमटाले कित्थे रहिंदी आ तूं? वीडियो नहीं बनानी क्या परे हो जाओ तेरे गमटाले कित्थे रहिंदी आ भेने तूं? हां पुत पिंड का की नाम पिंड का की नाम तेरा पिंड केड़ा वा गमटाला के मीरा कोट आ तेरा पिंड केड़ा भेने मीरा कोट आ हैं हां पिंड का नाम तेरा नाम की है पुत शिक्षा नाम है तेरा तेरी भैन का की नाम नहीं बनाते पुत पिछे नु जे काका रहन दे यार बंद करती बंद करती गल सुन भैने मेरी इधर शिक्षा तू घरे जाना चाहनी है? हां जी। तू पुत सड़कां ते कातों रलदी है इस टाइम? नहीं पुत स्टेशन ते इस टाइम बैठी है कल्ली कुड़ियां लीड़े कपड़े भी देख किदां ने हालात आ तेरे थल्ले पई है तू पुत्र कोई रुपया नहीं कोई भी तेरे को हां पुत दस कितों चुकया गया तेनों घरे पहुंचदा कर दिंदे अपनी धी नूं तू साडी धी आ केड़े स्टेशन चुकया गया पुत इधरों किधरों आई है तू पुत राजस्थान घूम के आई कितने गई सी राजस्थान तू हां कितने पुत राजस्थान केड़े बीकानेर गई सी कितने गई सी पीलियां बंगा तो आई है तू ला पीलियां बंगा तो आई है तो यूपी च पैंदा पीलियां बंगा तक ते गमटाले कौन रहिंदा हैं हिंदी वाले कोले आई है तू घूम दी उत्ते सारे हिंदी बोलते सी ता ही तू भी हिंदी बोलन लग गई है ना थोड़ी थोड़ी हैं आउंदी नहीं पंजाबी शिक्षा तेरा किन्ना सोहना नाम रखिया शिक्षा मतलब सिक्ख्या है ना किने रखिया नाम मम्मी ने कि पापा ने दादी ने घर च हुण तेरे कौन कौन है पुत दादी हैगी है है नहीं कि मम्मी पापा है क्या डैडी है क्या ते फिर तू की गल हुई डैडी ने गुस्से का तो होगी पुत घर छड़ता ही तो गुस्से जाके हैं क्यों गई तू ही सियानी है घर ठीक है पुत फिर तू घर का तो छड़ता तू ठीक है पुत तेरी उम्र कितनी होगी शिक्षा है? नहीं पुत 20 साल की उम्र है तेरी है जी डेट ऑफ बर्थ की है तेरी है 92 है ते 92 तो लाग के हुण तक किन्ने हो गए 23 साल ए हो गए ते 8 हो गए 30 साल 31 साल लग गया है किन्ना पढ़ी है तू शिक्षा है प्लस 1 8 ਤੋਂ ਉਸ ਤੋਂ ਬਾਅਦ ਫਿਰ ਤੂੰ ਕੀ ਕੰਮ ਸਿੱਖਿਆ ਪਾਰਲਰ ਦਾ ਸਾਰਾ ਕੰਮ ਜਾਣਦੀ ਹੈ ਪਾਰਲਰ ਤੈਨੂੰ ਜੇ ਕੱਟ ਲਿਆ ਦੀ ਲੋਰੀਅਲ ਦੀ ਲੋਰੀਅਲ ਕੰਪਨੀ ਵਾਲੇ ਸਾਨੂੰ ਜਾਣਦੇ ਆ ਹੈ ਚਾਹ ਪੀਣੀ ਲੈ ਚਲ ਆ ਪੀਏ ਚਾਹ ਉੱਥੇ ਬਾਹਰ ਚਲ ਆ ਉੱਥੇ ਦੁਕਾਨ ਤੇ ਪੀਨੇ ਚਾਹ ਆ ਜਾ ਭੈਣੇ ਲਿਆਓ ਚਾਹ ਪੀਏ ਸਤਿ ਸ਼੍ਰੀ ਅਕਾਲ ਭਾਈ मैं खालसा भाई फतेह बापू ठीक हो बापू जी ठीक ठीक है बड़ा सेंसिटिव जिहा हुंदा है माहौल है जी जी कोई ना बापू कोई ना इस तरह भैणां नूं इस तरह बच्चियां नूं है ना टैकल करना समझाउणा बड़ा ਸਾਡੇ ਲਈ ਵੀ ਮੁਸ਼ਕਲ ਹੁੰਦਾ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਜਦੋਂ ਕਿਸੇ ਧੀ ਭੈਣ ਦੇ ਸਿਰ ਤੇ ਆਪਾਂ ਹੱਥ ਰੱਖਦੇ ਹਾਂ ਨਾ ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਇਦ ਕਿਰਪਾ ਕਰਕੇ ਸਾਡੀ ਡਿਊਟੀ ਲਾਈ ਆ ਇਹ ਵੀ ਇਸ ਬੱਚੀ ਨੇ ਸ਼ਾਇਦ ਆਪਦੇ ਘਰ ਜਾਣਾ ਜਾਂ ਇਸ ਬੱਚੀ ਨੇ ਆਪਣੇ ਜੀਵਨ 'ਚ ਜੋ ਨਰਕ ਹੁਣ ਪਤਾ ਨਹੀਂ ਕਿੰਨੇ ਦਿਨਾਂ ਤੋਂ ਵਿਚਾਰੀ ਇੱਦਾਂ ਇਕੱਲੀ ਘੁੰਮ ਰਹੀ ਹੈ ਹਨਾ
रब जानदा बाकी कल नूं दिन दे टाइम पता लगूगा इहदे परिवार बारे मां बाप बारे। चलो भैने शिक्षा आ जाओ उत्थे चाह पी आ उठाओ भैने उठाओ आ जाओ मेरी भैन उठ कर आखे लगी रहना आखे लगी रहना पुत आखे आखे लगी रहना पुत जाना आप घरे जाना चलो घरे छड के आई तेनू उठाओ भी घरे लेके आना घरे छड के आईए चपला जाग रहा सतना तू भैन दिया हां आ जाओ भैने आ जाओ तेन घरे छड के आना सी साडी भैन घरे जाऊगी रात नूं नेरे तोड़ी बैठू इत आ जा मेरी भैन शिक्षा भैन कहनी मेरा नाम दादी ने रखा वा शिक्षा बहुत ज्यादा डिप्रैशन ना जेड़ा बढ़ता जा रहा अजकल बच्चों नौजवान बच्चों भी डिप्रैशन हो रहा देखो किन्नी उमर आ कि हजे ने किहड़ियां टेंशन झलियां एडियां हैं पर स्ट्रेस दे विच टेंशन दे विच भैन इधर नूं लाइट मारो एक जना बैठो भैने दरबीर भैने बैठ जा शिक्षा आप घरे जाना पुत आले पानी ले ला आप घरे जाना पुत आप कितने गलत थोड़ी चले हैं आप घरे जाना आ रे आंटी हुणी तेरे नाल ने दीदी तेरे नाल अच्छा चलो बहुत बहुत धन्यवाद है ना जिन्ने भैन भरा साडे नाल जुड़े हुए नहीं भाई शुक्रिया तुहाडा नहीं नहीं साडी ड्यूटी बनती है भाई साडे गवांढ पिंड च ना भैन बैठी है चलो तुसीं ठीक है शिक्षा बाय आ उत्थे जाना घरे जाना आपां गुमटाले नहीं नहीं कोई गल नहीं भाई नहीं नहीं भाई साडा फर्ज आ बहुत शुक्रिया तुहाडा तुसीं इहनूं भैन नूं इत्थे ना टाइम रोक के रख्या बिठा के रख्या हुण जे किते ट्रेन चढ़ जांदी गां है ना पहली फिरदे होणे आ मैं तेल पो चार बजे जांदा सी तेल पोण उदों इत्थे ही बैठे सीगे उदों साढ़े क सत्त बजे घर दे ले ही आउंदा सीगा फिर जिहड़े मुंडे कहिंदे अग जलणी आ डक्के इकट्ठे करके दो मैनूं ਉਹ ਫਿਰ ਉੱਥੇ ਆ ਗਏ ਕਹਿੰਦੇ ਯਾਰ ਵੀ ਕੱਦੀ ਫਿਰਦੀ ਹੈ ਕੁੜੀ ਇਹ ਮੈਂ ਘਰ ਦੇ ਹੋਗੇ ਤੁਸੀਂ ਜਾਓ ਫਿਰ ਮੈਂ ਵੀਰ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਵੀਰ ਉਹਨਾਂ ਦਾ ਕੋਈ ਨੰਬਰ ਨਹੀਂ ਹੋਗਾ ਮੈਨੂੰ ਨੰਬਰ ਦੇ ਦਿਓ ਤੇ ਤਾਂ ਤੁਹਾਡੇ ਨਾਲ ਕਨੈਕਟ ਹੋਇਆ ਜੀ ਫਿਰ ਬਹੁਤ ਦੇਖਦੇ ਰਹਿੰਦੇ ਹੋ ਤਾਂ ਜੀ ਜੀ ਧੰਨਵਾਦ ਮੈਂ ਤਾਂ ਕਿੰਨੇ ਹੁਣੇ ਨੇ ਆਪਣੇ ਮਾਲਕ ਪੂਰੇ ਹਾਂ ਹਾਂ ਉਹਨਾਂ ਨਾਲ ਆਉਂਦਾ ਰਹਿੰਦਾ ਠੀਕ ਹੈ ਠੀਕ ਹੈ ਠੀਕ ਹੈ ਸੋਨੇ ਉਹਨਾਂ ਨਾਲ ਸਾਰਿਆਂ ਨਾਲ ਠੀਕ ਹੈ ਠੀਕ ਹੈ ਮੈਂ ਉਹਨਾਂ ਨੂੰ ਕੀਤਾ ਵੀ ਜੀ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਮਾੜਾ ਬੀਜੀ ਆ 2 ਮਿੰਟ ਰੁਕੋ ਹਾਂ ਨਹੀਂ ਕੋਈ ਨਾ ਵਧੀਆ ਕੀਤਾ ਵੀ ਚਲੋ ਸੰਪਰਕ ਹੋ ਗਿਆ ਆਪਣਾ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਹੁਣ ਭੈਣ ਨੂੰ ਤਾਂ ਸੁਪਨਿਆਂ ਦੇ ਘਰ ਲਈ ਚੱਲਦੇ ਹਾਂ ਅਤੇ ਵੀਰੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਜੇ ਕੋਈ ਇਸ ਭੈਣ ਨੂੰ ਪਹਿਚਾਣਦਾ ਵਾ ਜਾਂ ਜਾਣਦਾ ਵਾ ਤਾਂ ਪਲੀਜ਼ ਸਾਡੇ ਨਾਲ ਵੀ ਸਾਡੇ ਨੰਬਰਾਂ ਦੇ ਉੱਪਰ ਸੰਪਰਕ ਕਰਿਓ 9780003 82 4848 ਅਤੇ 0001 ਇਹਨਾਂ ਦੋ ਨੰਬਰਾਂ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੱਦੋਵਾਲ ਸਟੇਸ਼ਨ 'ਤੇ ਖੜ੍ਹੇ ਹਾਂ ਲੁਧਿਆਣੇ 'ਚ ਸ਼ਹਿਰ ਦੇ ਨੇੜੇ ਹੀ ਹੈ ਬਿਲਕੁਲ ਬੱਦੋਵਾਲ ਸਟੇਸ਼ਨ